ਬਾਦੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਪਟਿਆਲਾ ਦੇ ਫੈਕਟਰੀ ਏਰੀਆ ਵਿੱਚ ਬਣੀ ਮੱਛੀ ਮਾਰਕੀਟ ਨੂੰ ਬੰਦ ਕਰਨ ਲਈ ਆਦੇਸ਼ ਦਿੱਤੇ ਗਏ ਨੇ। ਇਸ ਤੋਂ ਬਾਅਦ ਫੈਕਟਰੀ ਏਰੀਆ ਵਿੱਚ ਰਹਿਣ ਵਾਲੇ ਲੋਕਾਂ ਨੇ ਅਦਾਲਤ ਦੇ ਇਸ ਫੈਸਲੇ ਦਾ ਸਵਾਗਤ ਕੀਤਾ। ਇਸ ਮੌਕੇ ਤੇ ਫੈਕਟਰੀ ਏਰੀਆ ਦੇ ਸੁਖਵਿੰਦਰ ਸਿੰਘ ਮਿੰਟਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਪਿਛਲੇ 5 ਸਾਲਾਂ ਤੋਂ ਮੱਛੀ ਮਾਰਕੀਟ ਖਿਲਾਫ ਅੰਦੋਲਨ ਕੀਤਾ ਜਾ ਰਿਹਾ ਸੀ। ਉਨ੍ਹਾਂ ਕਿਹਾ ਕਿ ਅਦਾਲਤ ਦੇ ਆਦੇਸ਼ਾਂ ਤੋਂ ਬਾਅਦ ਉਹ ਪ੍ਰਸ਼ਾਸਨ ਤੋਂ 4-5 ਦਿਨਾਂ ਵਿੱਚ ਮੱਛੀ ਮਾਰਕੀਟ ਬੰਦ ਕਰਨ ਦੀ ਆਸ ਰੱਖਦੇ ਨੇ। ਮੱਛੀ ਮਾਰਕੀਟ ਇੱਥੋਂ ਹਰ ਹਾਲਤ ਦੇ ਵਿੱਚ ਬੰਦ ਹੋਏਗੀ, ਕਿਉਂਕਿ ਜਿਹੜੇ ਲੋਕਾਂ ਦੀ ਬੜੀ ਵੱਡੀ ਮੰਗ ਸੀ, ਕਿਉਂਕਿ 40-45 ਕਲੋਨੀਆਂ ਦਾ ਰਸਤਾ ਸੀਗਾ, ਇੱਥੋਂ ਲੋਕ ਆਉਣਾ ਜਾਣਾ ਬਹੁਤ ਦੁਖੀ ਸੀ, ਕਿਉਂਕਿ ਟ੍ਰੈਫਿਕ ਜਾਮ ਹੋ ਜਾਂਦੀ ਸੀ ਅਤੇ ਜਿਹੜੇ ਮੱਛੀ ਵਾਲੇ ਨਾ ਇਹਨਾਂ ਕੋਲ ਵਾਟਰ ਸਪਲਾਈ ਸੀਵਰੇਜ ਨਾ ਕੋਈ ਕਿਸੇ ਮਹਿਕਮੇ ਦੀ ਮਨਜ਼ੂਰੀ ਸੀ, ਇਹ ਸਾਰਾ ਗੰਦ ਸੜਕ 'ਤੇ ਛੱਡਦੇ ਸੀ, ਚਿੱਕੜ ਬਣ ਜਾਂਦਾ ਸੀ, ਬਦਬੂ ਫੈਲਦੀ ਸੀ। ਲੋਕਾਂ ਨੇ ਕਾਫੀ ਜ਼ਿਆਦਾ ਇਸ ਨੂੰ ਬੰਦ ਕਰਾਉਣ ਲਈ ਉਪਰਾਲੇ ਕੀਤੇ, ਅਸੀਂ ਉਹਨਾਂ ਦੇ ਨਾਲ ਖੜ੍ਹੇ, ਬੜੇ ਧਰਨੇ ਹੋਏ, ਬੜੇ ਮੁਜ਼ਾਹਰੇ ਹੋਏ। ਫੈਕਟਰੀ ਏਰੀਏ 'ਚ ਮੱਛੀ ਮਾਰਕੀਟ ਚੱਲ ਰਹੀ ਹੈ, ਐਡੀਓ ਸਾਹਿਬ ਤੋਂ ਅਦਾਲਤ ਤੋਂ ਲੈ ਕੇ ਇਸ ਨੂੰ ਬੰਦ ਕੀਤਾ ਜਾ ਰਿਹਾ ਸੀ ਅਤੇ ਬੰਦ ਕੀਤਾ ਗਿਆ ਸੀ। ਉਸ ਤੋਂ ਬਾਅਦ ਇਹ ਲੋਕ ਹਾਈਕੋਰਟ ਗਏ, ਉੱਥੇ ਹਾਈਕੋਰਟ ਸ਼ਹਿਨਸ਼ਾਹ ਜੱਜ ਸਾਹਿਬ ਭੇਜਿਆ, ਉਹਨਾਂ ਨੇ ਮੱਛੀ ਮਾਰਕੀਟ ਬੰਦ ਕਰਦੇ ਆਰਡਰ ਕਰਤੇ, ਫਿਰ ਹਾਈਕੋਰਟ ਗਏ, ਹਾਈਕੋਰਟ ਫਿਰ ਬੰਦ ਕਰਦੇ, ਹੁਣ ਫਿਰ ਹਾਈਕੋਰਟ ਕੇਸ ਪਾ ਕੇ ਉੱਥੇ ਅਪੀਲ ਕੀਤੀ ਕਿ ਸਾਡਾ ਰੁਜ਼ਗਾਰ ਨਹੀਂ, ਸਾਡੀ ਰੋਟੀ ਦਾ ਮਸਲਾ ਹੈ ਅਤੇ ਸਾਨੂੰ ਮੱਛੀ ਮਾਰਕੀਟ ਖੋਲ੍ਹਣ ਦੀ ਆਗਿਆ ਦਿੱਤੀ ਹੈ। ਹਾਈਕੋਰਟ ਨੇ ਬਿਲਕੁਲ ਆਰਡਰ ਕਰਤੇ ਕਿ ਮੱਛੀ ਮਾਰਕੀਟ ਫੈਕਟਰੀ ਏਰੀਏ 'ਚ ਲੋਕਾਂ ਦਾ ਰਹਿਸ਼ੀ ਇਲਾਕਾ ਹੈ, ਇੱਥੇ ਨਹੀਂ ਚੱਲ ਸਕਦੀ।